ਲਾਈਵ ਤਸਵੀਰਾਂ ਤੋਂ ਸਾਂਝੇ ਕਰ ਰਹੇ ਕੰਮ ਨਿਜੋੜ ਦਿੱਤੇ ਕਿ ਇੱਕ ਪਰਿਵਾਰ ਦਾ ਮੁੰਡਾ ਤੇ ਉਹਦੇ ਉੱਪਰ ਜਿਹੜਾ ਕੀ ਚੱਲ 50 ਬੰਦੇ ਉਹਨਾਂ ਨੇ ਹਮਲਾ ਕੀਤਾ ਗਿਆ ਸੋ ਤੇਜ਼ ਤਰ੍ਹਾਂ ਤੇ ਨਾਲ ਹਮਲਾ ਹੋਇਆ ਹੋਇਆ ਕਿ ਮੇਰੀ ਭੈਣ ਨੂੰ ਛੇਦ ਦੇ ਮੁੰਗੇ ਮੈਂ ਉਹਨੂੰ ਕਿਹਾ ਭੈਣ ਨੂੰ ਛੇਦੋ ਮਾਂ ਨੂੰ ਗਿਆ ਆਏ ਹਮਲਾ ਕਰਕੇ ਚੌਂਕੀ ਦਾਦੂ ਕਿਹੜੇ ਮੁੰਡੇ ਭਾਈ ਕਿੱਥੇ ਔਖੇ ਹੋ ਗਏ ਫਿਰ ਮੁੰਡੇ ਇੰਨੇ ਸੱਦੇ ਪਹਿਲਾਂ ਮੈਂ ਘਰ ਪਾਪਾ ਹੁਣ ਮੈਂ ਚੌਂਕੀ ਗਿਆ ਨੀ ਮੇਰੀ ਬਾਹਰੋਂ ਮੁੰਡੇ ਆਏ ਸੀ ਦੇ ਮੁੰਡੇ ਸੀ ਜਿਹੜਾ ਛੇੜਕਾ ਨੀ ਕਰਦਾ ਉਹਦਾ ਨਾਮ ਕੀ ਹੈ ਤੇ ਮੇਰੇ ਦੋ ਛੋਟੇ ਬੱਚੇ ਨੇ ਇੱਟਾਂ ਮੈਂ ਉਹਨਾਂ ਦੇ ਵਿਚਾਰੇ ਬਚ ਗਏ ਅੰਦਰ ਮੈਂ ਭੇਜ ਦਿੱਤਾ ਤੁਹਾਡੀ ਮੈਰਿਜ ਕਿਤੇ ਹੋਰ ਹੋਈ ਹੈ ਮੇਰੇ ਇੱਥੇ ਹਸਬੈਂਡ ਕੰਮ ਕਰਦੇ ਨੇ ਅੱਛਾ ਇੱਥੇ ਜੋਬ ਕਰਦੇ ਤੁਸੀਂ ਉਹਦਾ ਘਰ ਇੱਥੇ ਆਏ ਦਰਵਾਜਾ ਭੰਨ ਕੇ ਗਏ ਦਾਤ ਲੈ ਕੇ ਆਏ ਆ ਮੈਂ ਕੁੰਡੀ ਲਾ ਲਈ ਅੰਦਰ ਉਹਦੀ ਕੱਲੀ ਸੀ ਹਾਂਜੀ ਮੈਂ ਕੱਲੀ ਸੀ ਪਹਿਲਾਂ ਵੀ ਮੇਰੇ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਅੱਜ ਹਾਂਜੀ ਪੁਲਿਸ ਨੂੰ ਤੁਸੀਂ ਕੰਪਲੇਂਟ ਦਿੱਤੀ ਅੱਜ ਫਿਰ ਵੀ ਤੁਸੀਂ ਇੱਕ ਮਹੱਲੇ ਚ ਰਹਿੰਦੇ ਹੋ ਏਦਾਂ ਦੀ ਗੱਲ ਕਿਉਂ ਅਮਲ ਕਰਦੇ ਨੇ ਉਹ ਵੀ ਰੋਜ਼ਗਾਰ ਸੀਗਾ ਚਲਾਉਂਦੇ ਅਸੀਂ ਤੁਹਾਡੀ ਪਹਿਲਾਂ ਵੀ ਖਬਰ ਕੀਤੀ ਪਰ ਅੱਜ ਉਹਨੂੰ ਤੋੜਤਾ ਕਿਵੇਂ ਦੇ ਦਿਓ ਕਿ ਮਿਹਨਤ ਕਰਦੇ ਓਹਦੇ ਉੱਪਰ ਹੀ ਕੰਮ ਕਰਦੇ ਹੋ ਮੈਂ ਅੰਨਾ ਜੀ ਮੈਂ ਕੰਮ ਕਰ ਨੀ ਸਕਦਾ ਮੈਂ ਮੁੰਡਾ ਮੈਂ ਰੋਟੀ ਖਵਾਉਂਦਾ ਸਾਨੂੰ ਤੇ ਹੁਣ ਰੋਟੀ ਕਿੱਥੋਂ ਖਾਣੀ ਹੈ ਮੈਨੂੰ ਕਹਿੰਦੀ ਅੰਕਲ ਜੀ ਗੱਲ ਨਾ ਕਰਿਓ ਕਿਸੇ ਨਾਲ ਮੈਂ ਕੀ ਕਹਿੰਦੀ ਅੰਕਲ ਜੀ ਤੁਹਾਡੇ ਨਾਲ ਗੱਲ ਕਰਨੀ ਮੈਂ ਕੀ ਗੱਲ ਕਰਨੀ ਕਹਿੰਦੀ ਮੈਨੂੰ ਕੋਈ ਇੰਨਾ ਹੀ ਬੰਦਾ ਦੱਸ ਦੇ ਕਿਹੜਾ ਮੇਰਾ ਟਾਈਮ ਪਾਸ ਕਰੀ ਜਾਵੇ ਮੈਂ ਗੱਲ ਕਰੀ ਚੰਗੀ ਲੱਗਦੀ ਬਾਅਦ ਚ ਮੈਂ ਘਰ ਆ ਗਿਆ ਵਾ ਬਾਅਦ ਚ ਇਹਨੇ ਕੀ ਕੀਤਾ ਜੀ ਆਪਣਾ ਆਪਣੇ ਮੁੰਡੇ ਨੂੰ ਬਾਹਰੋਂ ਬੁਲਾਇਆ ਅੱਛਾ ਜੀ ਮੁੰਡਾ ਬਾਹਰੋਂ ਆਇਆ ਦੂਜੇ ਮੇਰੇ ਆ ਰਹੇ ਕਰਦੇ ਘਰ ਦਾ ਜਿਹੜਾ ਕਿ ਜੋੜ ਕੇ
ਤੋੜ ਦਿੱਤੀ ਗਈ। ਦੱਸਿਆ ਜਾ ਰਿਹਾ 40 ਤੋਂ 50 ਲੜਕੇ ਸੀਗੇ ਜਿਹਨਾਂ ਵੱਲੋਂ ਹਮਲਾ ਕੀਤਾ ਗਿਆ। ਸੋ ਇੱਟਾਂ ਔਰ ਤੇਜ਼ ਹਥਿਆਰਾਂ ਨਾਲ ਜਿਹੜਾ ਹਮਲਾ ਹੋਇਆ, ਦੇਖ ਸਕਦੇ ਹੋ ਕਿਸ ਤਰ੍ਹਾਂ ਗੇਟ ਦੇ ਉੱਪਰ ਤੇਜ਼ ਹਥਿਆਰਾਂ ਨਾਲ ਹਮਲਾ ਕੀਤਾ। ਸੋ ਲਾਈਵ ਤਸਵੀਰਾਂ ਤੁਹਾਡੇ ਸਾਂਝੇ ਕਰ ਰਹੇ ਸਭ ਕਾਲਾ ਸੰਘਿਆ ਰੋਡ ਦੀਆਂ, ਜਿੱਥੇ ਕਿ ਇੱਕ ਘਰ ਦੇ ਉੱਪਰ ਗਵਾਂਢੀਆਂ ਦਾ ਲੜਕਾ ਸੀਗਾ ਤੇ ਨਾਲ ਉਹਦੇ ਜਿਹੜੇ ਲੜਕੇ ਸੀ 40 ਤੋਂ 50। ਸੋ ਉਹਨਾਂ ਵੱਲੋਂ ਜਿਹੜਾ ਕਿ ਘਰ ਦੇ ਅੰਦਰ ਹਮਲਾ ਕੀਤਾ ਜਾਂਦਾ, ਇੱਟਾਂ ਮਾਰੀਆਂ ਜਾਂਦੀਆਂ। ਲੜਾਈ ਸਾਰੀ ਛੇੜਛਾੜ ਨੂੰ ਲੈ ਕੇ ਹੋਈ ਹੈ, ਉਹ ਤੋਂ ਪਹਿਲੇ ਤਾਂ ਕੋਈ ਤੁਹਾਡੇ ਰੰਜਿਸ਼ ਇਕੱਲੀ ਛੇੜਛਾੜ ਮੁੰਡੇ ਬਾਰ ਵੀ ਬੁਲਾ ਕੇ ਆਪਣੇ ਦੋਸਤਾਂ ਨੂੰ ਸੱਦਦਾ ਹੈਗਾ, ਮੁੰਡੇ ਸਾਡੇ ਘਰ ਵਾਲੇ ਇਸ਼ਾਰੇ ਕਰਕੇ ਬੰਦਾ ਗੰਦੇ ਗੰਦੇ ਇਸ਼ਾਰੇ ਇੱਦਾਂ ਕਰਦਾ ਬਈ, ਗੰਦੇ ਨੂੰ ਇੱਦਾਂ ਹੀ ਆਉਂਦਾ ਜੀ ਬਾਈ ਵਿੱਚ। ਤੇ ਤੁਸੀਂ ਕਦੀ ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਨਹੀਂ ਕੀਤੀ? ਕੋਈ ਵਾਰੀ ਮਾਂ ਨੂੰ ਕਿਹਾ? ਕੁਛ ਨਹੀਂ ਕਹਿਣਾ ਅਸੀਂ, ਮਾਂ ਨੂੰ ਕਿਹਾ ਆਪਣੇ ਬੱਚਿਆਂ ਨੂੰ ਸਮਝਾਓ। ਉਹ ਕਹਿੰਦੀ ਕੋਈ ਨਹੀਂ ਅਸੀਂ ਸਮਝਾਉਂਦੇ ਨਹੀਂ ਹੁੰਦੇ, ਅਸੀਂ ਅਸੀਂ ਬਹੁਤ ਕੁਛ ਕਰਨਾ। ਕਹਿੰਦੀ ਕਹਿੰਦੀ ਮੈਂ ਆਪਣੇ ਮੇਰੇ ਮੁੰਡਿਆਂ ਅੱਗੇ ਕੁੜੀ ਆਪਣੀ ਪਾ, ਮੈਨੂੰ ਕਹਿੰਦੀ ਕਹਿੰਦੀ ਦੋਤੀ ਆਪਣੀ ਮੇਰੇ ਬੱਚਿਆਂ ਥੱਲੇ ਪਾ। ਚਲੋ ਇੱਦਾਂ ਉਹਨਾਂ ਨੇ ਕਿਹਾ ਜੀ, ਉਹਨਾਂ ਨੇ ਕਿਹਾ ਬਾਈ ਮੈਂ ਮਨਸ਼ੂ ਬਾਈ ਕੀ ਗੱਲਬਾਤ ਹੋਈ ਮਨਸ਼ੂ ਜੀ ਤੁਹਾਡੇ ਨਾਲ? ਬਾਈ ਗੱਲਬਾਤ ਏਦਾਂ ਹੋਈ, ਮੈਂ ਚੌਂਕੀ ਗਿਆ ਮੇਰੀਆਂ ਵੀ ਭੈਣ ਨੂੰ ਸ਼ੇਰ ਦੇਵੇ ਦੀ, ਮੈਂ ਚੌਂਕੀ ਗਿਆ, ਚੌਂਕੀ ਨੂੰ ਮੇਰੀ ਕੀ ਗੱਲ ਕਹਿ ਸੀ ਹੈ, ਮੈਂ ਆਇਆ ਕਿੰਨੇ ਜਾਣੇ ਆਏ ਸੀਗੇ ਹਮਲਾ ਕਰਨ? 30 ਜਾਣੇ ਸੀਗੇ, ਕਾਫੀ ਮੁੰਡੇ, ਮੇਰੇ ਕੋਲ ਵੀਡੀਓ ਵੀ ਪਈ ਮੁੰਡਿਆਂ ਦੀ। ਹਥਿਆਰ ਕਿਹੜੇ ਸੀਗੇ? ਦਿਖਾਓ ਵੀਡੀਓ ਦਿਖਾਓ। ਹਥਿਆਰ ਕਿਹੜੇ ਕਿਹੜੇ ਸੀਗੇ ਜੀ ਉਹਨਾਂ ਕੋਲ? ਹਥਿਆਰ ਲੋਹੇ ਦੇ ਨਹੀਂ ਹੁੰਦੇ। ਅੱਛਾ ਜੀ, ਲਿਆਓ ਲਿਆਓ ਅੱਜ ਵੀਡੀਓ ਦਿਖਾਓ। ਤੋੜ ਭੰਨ ਕੀਤੀ ਹੈ ਜੀ, ਦੇਖ ਸਕਦੇ ਹੋ ਹਾਲਾਤ ਇਸ ਵਕਤ। ਕੁੜੀ ਨੂੰ ਛੇੜਦੇ ਸੀਗੇ, ਛੇੜਦੇ ਛੇੜਦੇ ਦੱਸਦੀ ਕਿ ਹਮਲਾ ਕੀਤਾ ਇਹਨਾਂ ਨੇ ਘਰ ਦੇ ਵਿੱਚ ਆ ਕੇ। ਜਦੋਂ ਕੰਪਲੇਂਟ ਕੀਤੀ ਕਿ ਕੁੜੀ ਨੂੰ ਨਾ ਛੇੜੋ ਤੇ ਉਸ ਦੌਰਾਨ ਹਮਲਾ ਹੋਇਆ ਘਰ ਦੇ ਵਿੱਚ ਜੀ। ਜਿਹੜੀ ਅੱਜ ਲੜਾਈ ਹੋਈ ਹੈ, ਫਿਰ ਤੁਸੀਂ ਮਨਾ ਕੀਤਾ ਸੀ ਇਹਨਾਂ ਨੂੰ ਛੇੜਖਾਨੀ ਕਰਨ ਤੋਂ, ਕਿਸ ਗੱਲ ਤੋਂ ਹਮਲਾ ਕੀਤਾ ਇਹਨਾਂ ਨੇ? ਅੱਛਾ ਜੀ, ਆਪਣੇ ਦੋਸਤ ਬੁਲਾ ਕੇ ਸਾਨੂੰ ਨਜ਼ਰ ਮੇਰੇ ਨਾਲ ਗੰਦੀ ਪਾ। ਨਹੀਂ ਫਿਰ ਤੁਸੀਂ ਰੋਕਿਆ, ਇਸ ਕਰਕੇ ਹਮਲਾ ਕੀਤਾ? ਮੇਰੀ ਮੰਮੀ ਨੇ ਕਹਿੰਦੀ ਨਹੀਂ ਅਸੀਂ ਨਹੀਂ ਰੋਕਦੇ। ਹਾਂਜੀ, ਮੈਂ ਉਹੀ ਕਹਿ ਰਿਹਾ ਕਿ ਹਮਲਾ ਜਿਹੜਾ ਕੀਤਾ ਆ ਉਹਦਾ ਕਾਰਨ ਕੀ ਸੀਗਾ? ਬਸ ਆਹੀ ਸੀ, ਛੇੜਦੇ ਸੀ। ਛੇੜਦੇ ਤੁਸੀਂ ਮਨਾ ਕੀਤਾ ਇਸ ਕਰਕੇ ਹਮਲਾ? ਹਾਂਜੀ, ਪਹਿਲਾਂ ਵੀ ਛੇੜਿਆ ਹੈਗਾ, 3 ਮਹੀਨੇ ਪਹਿਲਾਂ। ਅੱਛਾ ਜੀ, ਪਹਿਲਾਂ ਵੀ ਕੰਪਲੇਂਟ ਦਿੱਤੀ ਸੀ ਕੋਈ? ਹਾਂਜੀ ਦਿੱਤੀ ਸੀ।
ਬਾਕੀ ਲੋਕ ਆਏ ਨੀ ਨਹੀਂ ਆਏ ਨੀ ਹੈਗੇ ਪਰ ਕਹਿੰਦੇ ਘਬਰਾਓ ਨਾ ਅਸੀਂ ਤੁਹਾਡੇ ਨਾਲ ਹੀ ਆ ਤੁਸੀਂ ਅੱਜ ਮਤਲਬ ਘਰ ਦੇ ਵਿੱਚ ਸੀਗੇ ਇਕੱਲੇ ਸੀਗੇ ਤੁਹਾਡੇ ਕੋਲ ਕਿਹੜੀਆਂ ਵੀਡੀਓ ਜਿਹੜੀਆਂ ਤੁਸੀਂ ਦਿਖਾਏ ਹਾਂ ਮੈਂ ਦਿਖਾ ਰਹੀ ਹਾਂ ਕੀ ਵੀਡੀਓ ਦੇ ਵਿੱਚ ਕੀ ਹੈਗਾ ਮੇਰੇ ਫੋਨ ਵੀ ਖੋਂਦੇ ਸੀ ਜਿੰਨੀਆਂ ਵੀਡੀਓ ਬਣੀਆਂ ਮੈਂ ਬਣਾਈਆਂ ਸਰ ਆ ਦੇਖੋ ਇਹ ਬਲੂ ਸ਼ਰਟ ਵਾਲੇ ਨੇ ਬੂਹਾ ਭੰਨਿਆ ਗੇਟ ਭੰਨਿਆ ਪੁਲਿਸ ਆਏਗੀ ਤਾਂ ਅਸੀਂ ਦੇ ਦਿੰਦੇ ਹਾਂ ਮੰਗ ਕੀ ਕਰਦੇ ਹੋ ਅਸੀਂ ਤਾਂ ਮੰਗ ਹੁਣ ਉਹਨਾਂ ਨੂੰ ਪਤਾ ਸਾਨੂੰ ਇਨਸਾਫ਼ ਚਾਹੀਦਾ ਸਾਰਾ ਸਾਡਾ ਜਿਹੜਾ ਤੋੜ ਭੱਜ ਕੀਤੀ ਹੈ ਸਾਰੀ ਸਾਨੂੰ ਚਾਹੀਦੀ ਇਹਨਾਂ ਦੇ ਮੁੰਡਿਆਂ ਨੂੰ ਨਹੀਂ ਛੱਡਣਾ ਜਿਹਨਾਂ ਨੇ ਸਾਨੂੰ ਕੁੱਟਿਆ ਇੱਟਾਂ ਮਾਰੀਆਂ ਜਿੰਨੀ ਦੇ ਇਹਨਾਂ ਦੇ ਦੋਸਤ ਬਾਹਰ ਨੇ ਇੱਥੇ ਆਉਂਦੇ ਨਾ ਉਹਨੇ ਤਾਂ ਮੁੰਡੇ ਜੇਲ੍ਹ ਅੰਦਰ ਹੀ ਜਿੱਦਾਂ ਤਾਂ ਤੁਸੀਂ ਦੱਸਿਆ ਕਿ ਅੱਗੇ ਵੀ ਤੁਹਾਨੂੰ ਛੇੜਦੇ ਸੀਗੇ ਤੁਸੀਂ ਕਦੀ ਕੰਪਲੇਂਟ ਲਿਖਵਾਈ ਸੀ ਕਿਤੇ ਕੰਪਲੇਂਟ ਦਿੱਤੀ ਹੋਈ ਹੈ ਪੁਲਿਸ ਵੱਲੋਂ ਕੋਈ ਕਾਰਵਾਈ ਹੋਈ ਸੀ ਉਹ ਕਹਿੰਦੇ ਸੀ ਜਿਹੜਾ ਪਹਿਲ ਕਰੇਗਾ ਨਾ ਉਹਦੇ ਤੇ ਕਾਰਵਾਈ ਹੋਏਗੀ ਇਹ ਲੜਾਈ ਸਾਰੀ ਦਾ ਮਤਲਬ ਕਾਰਨ ਇਹੀ ਹੈ ਛੇੜਛਾੜ ਹਾਂਜੀ ਛੇੜਦੇ ਇੱਕ ਇੱਕ ਘਰ ਚ ਕਿੰਨੇ ਬੰਦੇ ਰਹਿੰਦੇ ਨੇ ਇੱਥੇ ਤਿੰਨ ਰਹਿੰਦੇ ਨੇ ਆਪਣਾ ਆਦਮੀ ਵੀ ਕੁੱਟ ਕੇ ਇਹਨੇ ਭੇਜਿਆ ਬਾਹਰ ਅੱਛਾ ਜੀ ਆ ਪਿੰਡ ਇੱਕ ਘਰ ਹੈਗਾ ਪਿੰਡ ਉੱਥੇ ਵੀ ਆਪਣੇ ਐਲਸੀਡੀ ਤੋੜ ਆਈ ਸਾਰਾ ਤੋੜ ਆਈ ਹੈ ਕੋਈ ਹਾਲਾਤ ਦੇਖਣ ਆਇਆ ਨੀ ਤੁਹਾਡੇ ਘਰ ਦੇ ਜੋ ਦੱਸਿਆ ਸੋ ਕਾਫੀ ਮਾੜੇ ਹਾਲਾਤ ਤੁਸੀਂ ਪੁਲਿਸ ਦੇ ਦੇਖਦੇ ਹੋ ਕਿ ਇਹਨਾਂ ਵੱਲੋਂ ਕੰਪਲੇਂਟ ਕੀਤੀ ਗਈ ਲੇਕਿਨ ਪੁਲਿਸ ਇੱਥੇ ਮੌਕਾ ਦੇਖਣ ਨੂੰ ਨਹੀਂ ਆਈ ਪੂਰੇ ਘਰ ਦੀ ਤੋੜ ਫੋੜ ਕੀਤੀ ਗਈ ਮੈਨੂੰ ਪਹਿਲਾਂ ਵੀ ਆਂਦੇ ਮੁੰਡੇ ਸਰਦਾਰ ਹੈਗਾ ਇਹਦੇ ਵਿੱਚ ਉਹ ਰੋਜ਼ ਆਂਦਾ ਮੁੰਡਾ ਹਾਂਜੀ ਰੋਜ਼ ਸਵੇਰੇ ਆਂਦਾ ਸਕੂਲ ਜਾਂਦਾ ਰੋਜ਼ ਆਂਦਾ ਉਹ ਵੀ ਤੁਹਾਡੇ ਨਾਲ ਛੇੜਕਾ ਨਹੀਂ ਕਰਦਾ ਉਹ ਨਹੀਂ ਉਹਨਾਂ ਨੂੰ ਦੱਸਦਾ ਪਿਆ ਸੀ ਅਸੀਂ ਇਹਨਾਂ ਨਾਲ ਇਹ ਕੀਤਾ ਗਲਤ ਇਸ਼ਾਰੇ ਹਾਂਜੀ ਗਲਤ ਇਸ਼ਾਰੇ ਕਰਦਾ ਹਾਂਜੀ
ਮੈਡਮ ਅੱਗੇ ਵੀ ਤੁਸੀਂ ਕਦੀ ਵਿਵਾਦ ਤੋਂ ਬਾਅਦ ਅੱਗੇ ਹੋਇਆ ਕਦੀ ਏਦਾਂ ਦੀ ਛੇੜ ਛਾੜ ਦਾ ਮਾਮਲਾ? ਹਾਂਜੀ ਇੱਕ ਵਾਰੀ ਹੋਇਆ ਤੇ ਪਹਿਲਾਂ ਕੰਪਲੇਂਟ ਦਿੱਤੀ ਤੇ ਉਦੋਂ ਕੀ ਕਹਿੰਦੇ ਪੁਲਿਸ ਵਾਲੇ ਕਹਿੰਦੇ ਸੀ ਉਦੋਂ ਇਹਨਾਂ ਨੇ ਮਾਫੀਆਂ ਮੰਗੀਆਂ ਸੀ ਸਭ ਕੁਛ ਤੇ ਉਦੋਂ ਪੁਲਿਸ ਵਾਲੇ ਕਹਿੰਦੇ ਸੀ ਜਿਹੜੀ ਪਹਿਲ ਕਰੇਗਾ ਨਾ ਉੱਤੇ ਪਹਿਲਾਂ ਕਾਰਵਾਈ ਹੋਈ। ਅੱਜ ਵਾਰ ਹੋਈ ਅਸੀਂ ਕੰਪਲੇਂਟ ਦਿੱਤਾ ਇਹ ਅਜੇ ਥਾਣੇ ਹੀ ਬੈਠੇ ਹੋਏ ਨੇ ਪੁਲਿਸ ਵਾਲੇ ਸਾਨੂੰ ਕਹਿ ਕੇ ਗਏ ਇਹ ਚੌਂਕੀ ਨੇ ਇੱਟਾਂ ਨੀ ਲੱਗੀਆਂ 3 ਸਾਲ ਦਾ ਕੁੜੀ ਹੈ 5 ਸਾਲ ਦਾ ਬੇਟਾ ਉਹ ਬਚ ਗਏ ਵਿਰੋਧ ਕੀਤਾ ਸੀਗਾ ਇਸ ਚੀਜ਼ ਦਾ ਕਿ ਕੰਪਲੇਂਟ ਕਰਨ ਗਏ ਸੀ ਅਸੀਂ ਬਾਹਰ ਖੜੇ ਸੀ ਇਹ ਮੁੰਡਾ ਇਹਨਾਂ ਦਾ ਨਾਲ ਦੋਸਤ ਆਏ ਉਹਨਾਂ ਨੂੰ ਇਹ ਦੱਸਿਆ ਸੀ ਇਹ ਕੁੜੀ ਏਦਾਂ ਗੰਦੇ ਗੰਦੇ ਇਸ਼ਾਰੇ ਕਰਦੀ ਮੈਡਮ ਖੁਦ ਕਹਿ ਕੇ ਗਈ ਹੈ ਪੁਲਿਸ ਤੇ ਜਦੋਂ ਹਮਲਾ ਹੋਇਆ ਤੁਹਾਡੇ ਘਰ ਦੇ ਵਿੱਚ ਕੋਈ ਵੀਡੀਓ ਹੈ ਫੁਟੇਜ ਹੈ ਤੁਹਾਡੇ ਕੋਲ ਮੇਰੇ ਕੋਲ ਜਿੰਨੀ ਸਰ ਸਿਗਨਲ ਮੈਂ ਵੀਡੀਓ ਬਣਾਈ ਹੈ ਮੇਰਾ ਫੋਨ ਦਿਖਾ ਸਕਦੇ ਹੋ ਮੈਂ ਦਿਖਾਈਆਂ ਪਰ ਇਹ ਨਾ ਕੰਟੀ ਦੇ ਘਰ ਕੈਮਰਾ ਲੱਗਿਆ ਨਹੀਂ ਦਿਖਾ ਸਕਦੇ ਜਿਹੜੇ ਤੁਹਾਡੇ ਜਦੋਂ ਘਰ ਐਂਟਰ ਹੁੰਦੇ ਨੇ ਦਿਖਾ ਸਕਦੇ ਸੁਦਾਸ ਜੀ ਕਿ ਮਸਤ ਕਲੋਨੀ ਜਿਹੜੀ ਕਲਾ ਸਿੰਘਾ ਰੋਡ ਦੇ ਉੱਪਰ ਹੈਗੀ ਉੱਥੇ ਇੱਕ ਘਰ ਦੇ ਅੰਦਰ ਵੜ ਕੇ ਗਵਾਂਢੀ ਲੜਕਾ ਜਿਹੜਾ ਉਹਦੇ ਨਾਲ ਹੋਰ ਲੜਕੇ ਆਉਂਦੇ 40 ਤੋਂ 50 ਲੜਕੇ ਉਹਨਾਂ ਵੱਲੋਂ ਘਰ ਦੇ ਅੰਦਰ ਵੜ ਕੇ ਹਮਲਾ ਕੀਤਾ ਜਾਂਦਾ ਦੱਸਿਆ ਰਿਹਾ ਲੜਕੀ ਜਿਹੜੀ ਕਿ ਇਕੱਲੀ ਸੀ ਘਰ ਉਸ ਟਾਈਮ ਜਿਸ ਟਾਈਮ ਹਮਲਾ ਕੀਤਾ ਜਾਂਦਾ ਤੇ ਛੋਟੇ ਬੱਚੇ ਵੀ ਸੀਗੇ ਔਰ ਅੰਦਰ ਆ ਕੇ ਜਿਹੜੇ ਤੇਜ਼ ਹਥਿਆਰਾਂ ਨਾਲ ਹਮਲਾ ਕੀਤਾ ਜਾਂਦਾ ਔਰ ਇੱਟਾਂ ਮਾਰੀਆਂ ਜਾਂਦੀਆਂ ਘਰ ਦੇ ਅੰਦਰ ਤੁਹਾਨੂੰ ਤਸਵੀਰਾਂ ਦਿਖਾ ਸਕਦੇ ਆ ਕਾਫੀ ਜਿਹੜੀਆਂ ਬਣੀਆਂ ਨੇ ਜਲੰਧਰ ਦਾ ਕਾਫੀ ਬੜੀਆਂ ਤਸਵੀਰਾਂ ਕਾਫੀ ਜਿਹੜੀ ਘਰ ਦੇ ਵਿੱਚ ਪੰਤੋੜ ਕੀਤੀ ਗਈ ਹੈ ਹਮਲਾ ਹੋਇਆ ਲੜਕੀ ਨਾਲ ਛੇੜਖਾਨੀ ਕਰਨ ਦਾ ਮਾਮਲਾ ਲੜਕੇ ਵੱਲੋਂ ਗੁਆਂਢੀ ਲੜਕਾ ਜਿਹੜਾ ਉਹਦੇ ਵੱਲੋਂ ਲੜਕੀ ਨਾਲ ਛੇੜਖਾਨੀ ਕੀਤੀ ਜਾਂਦੀ ਜਿਹੜੀ ਲੜਕੀ ਵਿਆਹੀ ਹੋਈ ਲੜਕੀ ਹੈ ਔਰ ਉਹਦੇ ਨਾਲ ਛੇੜਖਾਨੀ ਕੀਤੀ ਜਾਂਦੀ ਜਦੋਂ ਉਹਦਾ ਵਿਰੋਧ ਕੀਤਾ ਗਿਆ ਤੋ ਅੱਜ ਜਿਹੜਾ ਕਿ 40 ਤੋਂ 50 ਲੜਕਿਆਂ ਵੱਲੋਂ ਹਮਲਾ ਕਰ ਦਿੱਤਾ ਗਿਆ ਇਹਨਾਂ ਦੇ ਘਰ ਦੇ ਅੰਦਰ ਸੋ ਜੋ ਪੁਲਿਸ ਦੇ ਹਾਲਾਤ ਵੀ ਦੇਖ ਸਕਦੇ ਪੁਲਿਸ ਮੌਕਾ ਦੇਖਣ ਵੀ ਨਹੀਂ ਇੱਥੇ ਆਈ ਸੋ ਜਿਹੜਾ ਕਾਫੀ ਟਾਈਮ ਹੋ ਗਿਆ ਗੱਲ ਲੇਕਿਨ ਪੁਲਿਸ ਜਿਹੜਾ ਮੌਕਾ ਦੇਖਣ ਵੀ ਨਹੀਂ ਆਈ ਹੁਣ ਪ੍ਰਸ਼ਾਸਨ ਮਸਤ ਕਲੋਨੀ ਦੀਆਂ ਜਿਹੜੀਆਂ ਖਬਰਾਂ ਤੁਹਾਡੇ ਸਾਹਮਣੇ ਜਿਹੜੀਆਂ ਕਿ ਸਾਂਝੀਆਂ ਕਰ ਰਹੀਆਂ ਜਿਹੜਾ ਕਿ ਇੱਕ ਘਰ ਦੇ ਅੰਦਰ ਵੜ ਕੇ ਡਾ ਕੇ ਹਮਲਾ ਕੀਤਾ ਜਾਂਦਾ ਸੋ ਜੋ ਆਪਣਾ ਸਾਰਾ ਘਰ ਦੇ ਹਾਲਾਤ ਵੀ ਦਿਖਾ ਰਹੇ ਨੇ ਸੋ ਦੂਜਾ ਪੱਖ ਵੀ ਕੋਈ ਆਪਣਾ ਪੱਖ ਰੱਖਣਾ ਚਾਹੇ ਤੇ ਸਾਡੇ ਚੈਨਲ ਰਾਹੀਂ ਆਪਣਾ ਪੱਖ ਰੱਖ ਸਕਦਾ ਸੋ ਅਸੀਂ ਇੱਕ ਵਾਰ ਦੁਬਾਰਾ ਫੇਰ ਕਹਿੰਦੇ ਕਿ ਜਿਹੜਾ ਦੂਜਾ ਪੱਖ ਹੈ ਜਿਹੜਾ ਕਿ ਉਹ ਵੀ ਆਪਣਾ ਪੱਖ ਰੱਖਣਾ ਚਾਹੇ ਸਾਡੇ ਚੈਨਲ ਰਾਹੀਂ ਆਪਣਾ ਪੱਖ ਰੱਖਦਾ ਕੁਛ ਇਹਨਾਂ ਵੱਲੋਂ ਵੀਡੀਓ ਵੀ ਕੁਝ ਦਿਖਾਈਆਂ ਗਈਆਂ ਜਿਹਦੇ ਲੜਕੇ ਸੀਗੇ ਸੋ ਤੁਹਾਨੂੰ ਦੱਸ ਦਈਏ ਕਿ ਛੇੜਖਾਨ ਦਾ ਮਾਮਲਾ ਸੀ ਜਿਹੜਾ ਛੇੜਖਾਨੀ ਲੜਕੀ ਨਾਲ ਹੁੰਦੀ ਸੀ ਸੋ ਛੇੜਖਾਨ ਦੇ ਮਾਮਲੇ ਨੂੰ ਲੈ ਕੇ ਜਦੋਂ ਵਿਰੋਧ ਕੀਤਾ ਜਾਂਦਾ ਤੇ 40 ਤੋਂ 50 ਲੜਕਿਆਂ ਵੱਲੋਂ ਜਿਹੜਾ ਕਿ ਹਮਲਾ ਕੀਤਾ ਜਾਂਦਾ ਇਹਨਾਂ ਦੇ ਘਰ ਦੇ ਅੰਦਰ ਤੇਜ਼ ਹਥਿਆਰਾਂ ਨਾਲ ਔਰ ਇੱਟਾਂ ਦੇ ਨਾਲ
ਨਾਲ। ਸੋ ਦੇਖ ਸਕਦੇ ਹੋ ਸਾਰਾ ਜਿਹੜਾ ਤੋੜ ਫੋੜ ਜਿਹੜੀ ਘਰ ਦੇ ਅੰਦਰ ਕੀਤੀ ਗਈ ਹੈ। ਸੋ ਮਸਤ ਕਲੋਨੀ ਜਿਹੜੀ ਕਿ ਕਾਲਾ ਸੰਘਿਆ ਰੋਡ ਦੇ ਉੱਪਰ ਹੈ ਉੱਥੇ ਦਾ ਸਾਰਾ ਵਾਕਿਆ। ਸੋ ਗੁਆਂਢੀ ਲੜਕੇ ਵੱਲੋਂ ਜਿਹੜਾ ਕੁਛ ਲੜਕੇ ਬੁਲਾ ਕੇ ਇਹਨਾਂ ਦੇ ਘਰ ਦੇ ਉੱਪਰ ਹਮਲਾ ਕੀਤਾ ਜਾਂਦਾ। ਸੋ ਦੂਜਾ ਪੱਖ ਵੀ ਜੇ ਆਪਣਾ ਕੋਈ ਪੱਖ ਰੱਖਣਾ ਚਾਹੇ ਤਾਂ ਸਾਡੇ ਚੈਨਲ ਰਾਹੀਂ ਆਪਣਾ ਪੱਖ ਰੱਖ ਸਕਦਾ। ਜਦੋਂ ਹਮਲਾ ਹੋਇਆ ਤੁਹਾਡੀ ਲੜਕੀ ਇਕੱਲੀ ਘਰ ਸੀਗੀ? ਸਾਰੇ ਕਿੱਥੇ ਸੀਗੇ? ਹਮਲਾ ਹੋਇਆ ਹਾਂਜੀ ਥਾਣੇ। ਅੱਛਾ, ਯਾਨੀ ਕਿ ਇਹ ਹਮਲਾ ਦੋ ਵਾਰੀ ਹੋਇਆ, ਇੱਕ ਵਾਰ ਪਹਿਲਾਂ ਹਮਲਾ ਹੋਇਆ, ਬਾਅਦ ਇਹੀ ਆਇਆ ਸਾਡੇ ਹਮਲਾ ਦਾ ਸਮਾਨ ਰੁਕਿਆ ਜੀ। ਅੱਛਾ ਜੀ, ਬਸ ਤੁਸੀਂ ਥਾਣੇ ਆਏ ਸੀਗੇ, ਆਉਂਦੇ ਤੁਹਾਡੇ ਤੋਂ ਉੱਪਰ ਹਮਲਾ ਹੋ ਗਿਆ? ਘਰ ਦੇ ਅੰਦਰ ਵੜ ਕੇ ਵੀ ਤੇਜ਼ਦਾਰ ਹਥਿਆਰਾਂ ਨਾਲ ਜਿਹੜਾ ਕਿ ਹਮਲਾ ਕੀਤਾ ਗਿਆ। ਦਰਵਾਜ਼ੇ ਤੇ ਦੇਖ ਸਕਦੇ ਹੋ ਕਿ ਤੇਜ਼ਦਾਰ ਹਥਿਆਰਾਂ ਦੇ ਜਿਹੜੇ ਨਿਸ਼ਾਨ ਆ ਜਿਹੜਾ ਕਿ ਇਹਨਾਂ ਵੱਲੋਂ ਲੜਕੀਆਂ ਵੱਲੋਂ ਹਮਲਾ ਕੀਤਾ ਗਿਆ ਸੀਗਾ। ਸੋ ਮਸਤ ਕਲੋਨੀ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਜਿਹੜੀਆਂ ਕਿ ਕਾਲਾ ਸੰਘਿਆ ਰੋਡ ਦੇ ਉੱਪਰ ਆ, ਜਿਹੜਾ ਕਿ ਛੇੜਖਾਨੀ ਦਾ ਲੜਕੀ ਵੱਲੋਂ ਛੇੜਖਾਨੀ ਦੇ ਵਿਰੋਧ ਕਰਨ ਦੇ ਉੱਪਰ ਜਿਹੜਾ ਕਿ ਹਮਲਾ ਕੀਤਾ ਜਾਂਦਾ। ਸੋ ਦੱਸਿਆ ਜਾ ਰਿਹਾ ਜਿਸ ਟਾਈਮ ਹਮਲਾ ਹੋਇਆ ਸੀਗਾ ਤਾਂ ਲੜਕੀ ਉਸ ਟਾਈਮ ਇਕੱਲੀ ਘਰ ਸੀਗੀ ਔਰ ਨਾਲ ਉਹਦੇ ਛੋਟੇ ਬੱਚੇ ਸੀਗੇ। ਸੋ ਉਸ ਟਾਈਮ ਜਿਹੜਾ ਹਮਲਾ ਕੀਤਾ ਜਾਂਦਾ ਤੇਜ਼ਦਾਰ ਹਥਿਆਰਾਂ ਨਾਲ ਔਰ ਇੱਟਾਂ ਦੇ ਨਾਲ। ਦੂਜਾ ਪੱਖ ਵੀ ਕੋਈ ਆਪਣਾ ਪੱਖ ਰੱਖਣਾ ਚਾਹੇ ਸਾਡੇ ਚੈਨਲ ਰਾਹੀਂ ਆਪਣਾ ਪੱਖ ਰੱਖ ਸਕਦਾ। ਸੋ ਇਹਨਾਂ ਤਸਵੀਰਾਂ ਤੁਹਾਡੇ ਤੋਂ ਲੈਣੇ ਜ਼ਿਆਦਾ ਜਾਂਦਾ ਟਾਈਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ।